ਦੋਸਤੋ ਵੈਲਕਮ ਹੈ ਇੱਕ ਵਾਰ ਫਿਰ ਤੋਂ ਤੁਹਾਡੇ ਆਪਣੇ ਯੂਟਿਊਬ ਚੈਨਲ ਵੈਬ ਟੈਕ ਹੱਟ ਦੇ ਵਿੱਚ, ਅਤੇ ਮੇਰਾ ਨਾਮ ਅਮਰਦੀਪ ਸਿੰਘ ਹੈ ਅਤੇ ਮੈਂ ਤੁਹਾਨੂੰ ਸਿਖਾ ਰਿਹਾ PHP ਅਤੇ PHP ਦੇ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਐਰੇ ਅੰਡਰਸਕੋਰ ਅਨਸ਼ਿਫਟ ਫੰਕਸ਼ਨ ਦੀ। ਇੱਕ ਹੁੰਦਾ ਸ਼ਿਫਟ ਅਤੇ ਇੱਕ ਹੁੰਦਾ ਅਨਸ਼ਿਫਟ। ਸ਼ਿਫਟ ਫੰਕਸ਼ਨ ਅਤੇ ਅਨਸ਼ਿਫਟ ਡਿਫਰੈਂਸ ਇਹ ਹੈ ਵੀ ਜਿਹੜਾ ਸ਼ਿਫਟ ਹੈਗਾ ਉਹ ਐਰੇ ਦੇ, ਮੰਨ ਲਓ ਕਿਸੇ ਵੀ ਐਰੇ ਦੇ ਵਿੱਚੋਂ ਫਸਟ ਜਿਹੜਾ ਇੰਡੈਕਸ ਹੁੰਦਾ ਉਹਨੂੰ ਰਿਮੂਵ ਕਰ ਦਿੰਦਾ, ਹੈ ਨਾ। ਹੁਣ ਅਨਸ਼ਿਫਟ ਉਹਦੇ ਉਲਟ ਕੰਮ ਕਰਦਾ, ਇਹ ਕੀ ਕਰਦਾ, ਜਿਹੜਾ ਫਸਟ ਵਾਲੇ ਪਾਸੇ ਇੱਕ ਇੰਡੈਕਸ ਜੋੜ ਦਿੰਦਾ ਨਵਾਂ, ਯਾਨੀ ਕਿ ਵੈਲਿਊਜ਼ ਕੋਈ ਨਵੀਂ ਆਪਾਂ ਇਹਦੇ ਨਾਲ ਜੋੜ ਸਕਦੇ ਹਾਂ। ਤਾਂ ਐਰੇ ਅਨਸ਼ਿਫਟ ਇਸ ਤਰੀਕੇ ਨਾਲ ਆਪਾਂ ਲਿਖਣਾ, ਇਹਦੇ ਵਿੱਚ ਆਪਾਂ ਸਾਰਿਆਂ ਨਾਲ ਪਹਿਲਾਂ ਤਾਂ ਪਾਸ ਕਰਨਾ ਐਰੇ ਜੀ, ਅਤੇ ਆਪਾਂ ਵਰਕ ਕਰਨਾ। ਸੈਕਿੰਡ ਪੈਰਾਮੀਟਰ ਵੀ ਇਹਦੇ ਵਿੱਚ ਆਪਾਂ ਜਿਹੜੀ ਵੀ ਕੋਈ ਵੈਲਿਊਜ਼ ਜੋੜਨੀ ਆ ਉਹ, ਹੈ ਨਾ। ਤਾਂ ਮੈਂ ਇੱਥੇ ਮੰਨ ਲਓ ਜੋੜਨਾ ਚਾਹੁੰਦਾ ਸਿੰਪਲ ਕੋਈ ਵੈਲਿਊ ਦੇ ਦਿੰਦੇ ਆਪਾਂ, ਉਹ ਤਾਂ ਆਪਣੇ ਕੋਲ ਮਲਟੀ ਡਿਮੈਂਸ਼ਨਲ। ਤਾਂ ਇੱਥੇ ਮੈਂ ਇੱਕ ਸਿੰਪਲ ਵੈਲਿਊ ਜਿਵੇਂ ਮੰਨ ਲਓ ਦੇਤੀ, ਇੱਥੇ ਕਲਰ ਹੀ ਜੋੜ ਦਿੰਦੇ ਆਪਾਂ ਔਰੇਂਜ, ਠੀਕ ਹੈ। ਤਾਂ ਆਪਾਂ ਆਹ ਜਿਹੜਾ ਰੈੱਡ ਅਤੇ ਗ੍ਰੀਨ ਦੇ ਵਿੱਚ ਇਹ ਵਾਲੇ ਐਰੇ ਦੇ ਵਿੱਚ ਔਰੇਂਜ ਜੋੜਨਾ ਚਾਹੁੰਦੇ ਹਾਂ, ਅਤੇ ਇਹ ਪਹਿਲੇ ਪਾਸੇ ਆ ਜੂਗਾ ਸਟਾਰਟਿੰਗ 'ਚ ਐਰੇ 'ਤੇ। ਮੈਂ ਇੱਥੇ ਰੀਫਰੈਸ਼ ਕਰਾਂ ਫਾਈਲ ਨੂੰ, ਤਾਂ ਆਪਣੇ ਕੋਲ ਹਜੇ ਕੁਛ ਨਹੀਂ ਆ ਰਿਹਾ ਕਿਉਂਕਿ ਆਪਾਂ ਉਹਨੂੰ ਪ੍ਰਿੰਟ ਹੀ ਨਹੀਂ ਕਰ ਰਹੇ ਐਰੇ ਨੂੰ। ਤਾਂ ਮੈਂ ਇੱਥੇ ਪ੍ਰਿੰਟ ਅੰਡਰਸਕੋਰ ਆਰ ਜੇ ਕਰਦੇ ਹਾਂ, ਅਤੇ ਇਹਦੇ ਵਿੱਚ ਡੋਲਰ ਏ ਮੈਂ ਪ੍ਰਿੰਟ ਕਰਦੇ ਹਾਂ, ਸੇਵ ਕਰਾਂ, ਅਤੇ ਇੱਥੇ ਫਾਈਲ ਨੂੰ ਰੀਫਰੈਸ਼ ਕਰਾਂ, ਠੀਕ ਹੈ। ਤਾਂ ਆਹ ਦੇਖੋ ਐਰੇ ਦੇ ਜਿਹੜੇ ਜੀਰੋ ਇੰਡੈਕਸ 'ਤੇ ਇਹਨੇ ਕੀ ਕੀਤਾ, ਔਰੇਂਜ ਜੋੜਤਾ, ਅਤੇ ਬਾਕੀ ਐਰੇ ਜਿਹੜਾ ਐਜ਼ ਇਟ ਇਜ਼ ਉਵੇਂ ਪ੍ਰਿੰਟ ਹੋ ਗਿਆ, ਯਾਨੀ ਕਿ ਇਹ ਐਰੇ ਦੀ ਸਟਾਰਟਿੰਗ ਦੇ ਵਿੱਚ ਇਹ ਵੈਲਿਊਜ਼ ਐਡ ਕਰ ਦਿੰਦਾ, ਠੀਕ ਹੈ। ਅਤੇ ਹੁਣ ਜੇ ਇਹੀ ਆਪਣੇ ਕੋਲ ਮੰਨ ਲਓ ਐਰੇ ਹੋਵੇ, ਇਹ ਤਾਂ ABC ਵਾਲਾ ਆਪਣੇ ਕੋਲ ਕੀਜ਼ ਹੈ ਨਾ, ਜੇ ਮੰਨ ਲਓ ਇੱਥੇ ਮੰਨ ਲਓ ਜੀਰੋ ਇੰਡੈਕਸ ਵਾਲਾ ਐਰੇ ਆਪਣੇ ਕੋਲ, ਠੀਕ ਹੈ, ਇੱਥੇ ਆਪਣੇ ਕੋਲ ਹੈਗਾ 1 ਇੰਡੈਕਸ ਵਾਲਾ, ਠੀਕ ਹੈ। ਤਾਂ ਹੁਣ ਇੱਥੇ ਆਪਾਂ ਫਿਰ ਔਰੇਂਜ ਵਿੱਚ ਜੋੜਨਾ, ਹੈ ਨਾ, ਅਤੇ ਇੱਥੇ ਮੈਂ ਫਾਈਲ ਜੇ ਰੀਫਰੈਸ਼ ਕਰਾਂ ਤਾਂ ਵੇਖੋ ਜੀਰੋ 'ਤੇ ਹੀ ਜੁੜਿਆ, ਜਿਹੜਾ ਉੱਥੇ ਉਹਦੀ ਕੀ ਸੀਗੀ 1 ਸੀਗੀ, ਜੀਰੋ ਸੀਗੀ, ਰੈੱਡ ਦੀ ਉਹਦੀ 1 ਹੋ ਗਈ, ਅਤੇ ਔਰੇਂਜ ਦੀ ਗ੍ਰੀਨ ਦੀ 2 ਹੋ ਗਈ, ਠੀਕ ਹੈ। ਤਾਂ ਇਸ ਤਰੀਕੇ ਨਾਲ ਜਿਹੜੀਆਂ ਕੀਜ਼ ਹੈਗੀਆਂ ਉਹ ਵੀ ਚੇਂਜ ਹੁੰਦੀਆਂ, ਠੀਕ ਹੈ। ਤਾਂ ਇਹਨੇ ਜੀਰੋ ਵਾਲੀ ਜਗ੍ਹਾ ਲੈ ਲੈਣੀ, ਜਿਹੜਾ ਅਨਸ਼ਿਫਟ ਮੈਥਡ ਹੈ ਨਾ, ਇਹਦੇ ਨਾਲ ਆਪਾਂ ਜਦੋਂ ਕੋਈ ਵੀ ਚੀਜ਼ ਐਡ ਕਰਦੇ ਹਾਂ ਤਾਂ ਜੀਰੋ ਵਾਲੀ ਜਗ੍ਹਾ 'ਤੇ ਇਹਨੇ ਐਡ ਕਰ ਦੇਣਾ, ਠੀਕ ਹੈ। ਤਾਂ ਇੱਥੋਂ ਮਲਟੀਪਲ ਚੀਜ਼ਾਂ ਵੀ ਆਪਾਂ ਐਡ ਕਰ ਸਕਦੇ ਹਾਂ, ਜਿਵੇਂ ਮੰਨ ਲਓ ਇੱਥੇ ਔਰੇਂਜ ਦੀ ਜਗ੍ਹਾ 'ਤੇ ਆਪਾਂ ਮੰਨ ਲਓ ਮੈਂ ਇੱਥੇ ਰੈੱਡ ਵੀ ਕਰਦਾ ਨਾਲ, ਤਾਂ ਦੇਖਦੇ ਹਾਂ ਕੀ ਹੁੰਦਾ। ਤਾਂ ਔਰੇਂਜ ਅਤੇ ਰੈੱਡ ਦੋਵੇਂ ਸਟਾਰਟਿੰਗ 'ਚ ਆ ਗਏ, ਅਤੇ ਉਹ ਦੂਜੇ ਗਾਂਹ ਖਿਸਕ ਗਏ, ਠੀਕ ਹੈ। ਤਾਂ ਇਸ ਤਰੀਕੇ ਨਾਲ ਇਹ ਚੀਜ਼ਾਂ ਵਰਕ ਕਰਦੀਆਂ, ਹੈ ਨਾ। ਨੋਰਮਲ ਹੁਣ ਜੇ ਇੱਥੇ ਮੈਂ ਮੰਨ ਲਓ ਕੀ ਵੈਲਿਊ ਪੇਅਰ ਵਾਲਾ ਕੋਈ ਐਰੇ ਚੇਪਦੇ ਹਾਂ, ਯਾਨੀ ਕਿ ਏ ਦੀ ਕੀ ਹੈ ਅਤੇ ਉਹਦੀ ਵੈਲਿਊ ਜਿਵੇਂ ਇੱਥੇ, ਇਹ ਤਾਂ ਇੱਕ ਨਵਾਂ ਐਰੇ ਹੋ ਗਿਆ ਨਾ, ਨਵਾਂ ਐਰੇ ਤਾਂ ਆਪਾਂ ਨੂੰ ਇਸ ਤਰੀਕੇ ਨਾਲ ਲਿਖਣਾ ਪਊਗਾ ਫਿਰ, ਠੀਕ ਹੈ। ਤਾਂ ਇਹ ਆਪਾਂ ਦੇਖਦੇ ਹਾਂ ਵੀ ਇਹ ਵਿੱਚ ਐਡ ਹੁੰਦਾ ਕਿ ਨਹੀਂ, ਹੈ ਨਾ। ਨਵਾਂ ਐਰੇ ਅਤੇ ਰੈੱਡ ਨੂੰ ਆਪਾਂ ਇੱਕ ਵਾਰੀ ਦਿੰਦੇ ਹਾਂ ਹਟਾ, ਠੀਕ ਹੈ, ਮਲਟੀ ਡਿਮੈਂਸ਼ਨਲ ਐਰੇ ਬਣਾਉਣ ਵਾਸਤੇ, ਠੀਕ ਹੈ। ਰੀਫਰੈਸ਼ ਕਰਦੇ ਹਾਂ ਤਾਂ ਆਹ ਦੇਖੋ ਇੱਕ ਆਪਣਾ ਜਿਹੜਾ ਮਲਟੀ ਡਿਮੈਂਸ਼ਨਲ ਐਰੇ ਉਹਦੇ ਵਿੱਚ ਔਰੇਂਜ ਪ੍ਰਿੰਟ ਹੋ ਗਿਆ, ਅਤੇ ਇਸ ਤਰੀਕੇ ਨਾਲ ਆਪਣਾ ਮਲਟੀ ਡਿਮੈਂਸ਼ਨਲ ਐਰੇ ਵੀ ਆਪਾਂ ਸ਼ਿਫਟ ਕਰ ਸਕਦੇ ਹਾਂ। ਅਤੇ ਦੋਸਤੋ ਇਸ ਵੀਡੀਓ ਵਿੱਚ ਇੰਨਾ ਹੀ, ਅਤੇ ਜੇ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤਾਂ ਸਬਸਕ੍ਰਾਈਬ ਕਰ ਲਓ, ਅਤੇ PHP ਦੀ ਜਿਹੜੀ ਪੂਰੀ ਪਲੇਲਿਸਟ ਵੇਖਣ ਵਾਸਤੇ ਤੁਸੀਂ ਜਿਹੜਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੂਗਾ ਇਸੇ ਵੀਡੀਓ ਦੇ, ਅਤੇ ਉਹ 'ਤੇ ਕਲਿੱਕ ਕਰੋ ਅਤੇ ਵੇਖੋ ਸਾਰੀਆਂ ਆਪਣੀਆਂ ਵੀਡੀਓਜ਼ PHP ਦੀਆਂ। ਅਤੇ ਮਿਲਦੇ ਹਾਂ ਅਗਲੀ ਵੀਡੀਓ 'ਚ, ਓਕੇ ਦੋਸਤੋ, ਬਾਏ ਬਾਏ, ਟੇਕ ਕੇਅਰ।